ਬਹੁਤ ਹੀ ਦੁਖਦਾਈ ਖਬਰ ਆ ਜਿਹੜੀ, ਕਿਸਾਨ ਵੀਰ ਦਾ ਟਰੈਕਟਰ ਸੜ ਕੇ ਸਵਾਹ ਹੋ ਗਿਆ। ਟਰੈਕਟਰ ਤੋਂ ਜੀ ਅੱਗ ਲੱਗੀ ਹੈਗੀ ਸ਼ਾਰਟ ਸਰਕਟ ਕਰਕੇ, ਅਤੇ ਸਾਹਮਣੇ ਦੱਸ ਰਹੇ ਸੀ ਵੀਰ ਵੀ ਰਾਤ ਨੂੰ ਟਰੈਕਟਰ ਆਪਦੇ ਆਪ ਸਟਾਰਟ ਹੋ ਕੇ ਕੰਧ 'ਚ ਵੀ ਵੱਜਿਆ ਉਹ ਸਾਹਮਣੇ ਜਾ ਕੇ, ਅਤੇ ਬਾਕੀ ਜਿਹੜਾ ਸਾਰੇ ਸੰਦ ਸੀ ਗੱਡੀ ਵਗੈਰਾ ਉਹ ਵੀ ਸਾਰੇ ਨੁਕਸਾਨੇ ਗਏ, ਤੁਸੀਂ ਦੇਖ ਸਕਦੇ ਜੀ। ਟਰੈਕਟਰ ਸੀ ਸਾਰਾ ਉਹ ਵੀ, ਅਤੇ ਤਾਂ ਤੋਂ ਉੱਪਰੋਂ ਸੈੱਡ ਵੀ ਜਿਹੜਾ ਵੀਰ ਨੇ 2 ਮਹੀਨੇ ਪਹਿਲਾਂ ਹੀ ਪਾਇਆ ਸੀਗਾ ਉਹ ਵੀ ਤੁਸੀਂ ਦੇਖ ਸਕਦੇ ਜੀ ਕਿਸ ਤਰ੍ਹਾਂ ਜਿਹੜਾ ਬਰਬਾਦ ਹੋ ਗਿਆ ਸਾਰਾ ਕੁਛ। ਵੀਰ ਨੇ ਸੈੱਡ ਵੀ ਇਸੇ ਖਾਤਰ ਪਾਇਆ ਸੀ ਵੀ ਚਲੋ ਸੰਦ ਸੰਦੀੜਾ ਜਿਹੜਾ ਸਾਰਾ ਇਕੱਠਾ ਖੜ੍ਹ ਜਾਂਦਾ, ਪਰ ਇਕੱਠਾ ਖੜ੍ਹਨ ਕਰਕੇ ਸਾਰੇ ਸੰਦ ਨੇ ਜਿਹੜੇ ਸਾਰੇ ਨੁਕਸਾਨੇ ਗਏ। ਟਰੈਕਟਰ ਸੀਗਾ ਅਰਜਨ 605, ਇਹ ਵੀ ਦੇਖ ਸਕਦਾ ਸਾਰਾ ਹੀ ਮਤਲਬ ਅੱਗ ਦੀ ਲਪੇਟ 'ਚ ਸਾਰਾ ਹੀ ਖਰਾਬ ਹੋ ਚੁੱਕਿਆ। ਇੱਧਰ ਜਗਨੈਕਟਰ ਦੇਖ ਸਕ, ਗੱਡੀ ਸੀ ਸਵਿਫਟ ਡਿਜ਼ਾਇਰ ਜੀ, ਜਗਨੈਕਟਰ ਸੀ ਅਤੇ ਗੱਡੀ ਵੀ ਨਵੀਂ ਸੀਗੀ ਡਿਜ਼ਾਇਰ ਜੀ, ਦੇਖ ਸਕਦੇ ਹੋ ਇਹ ਵੀ ਜਿਹੜੀ ਸਾਰੀ ਅੱਗ ਨਾਲ ਅਤੇ ਮੋਟਰਸਾਈਕਲ ਵਗੈਰਾ ਸਾਰਾ ਸੰਦ ਸੀ ਲੈ ਵੀਰਾਂ ਦੇ। ਪਿੰਡ ਪਿੱਥੋਂ ਆ ਜੀ, ਅੱਗ ਦੇ ਪਾਣੀ ਨਾਲ ਗਏ ਤਾਂ, ਅਤੇ ਮੋਟਰਸਾਈਕਲ ਵੀ ਦੇਖ ਸਕਦੇ ਜੀ ਸਾਰਾ ਜਿਹੜਾ ਵੀਰਾਂ ਦਾ ਸੇਕ ਦੇ ਨਾਲ ਨਾਲ ਖੜ੍ਹੇ ਸਾਰੇ ਉਹ ਤੱਕ ਜੀ ਸਾਰੇ ਸੈੱਡ ਦਾ। ਰਾਤ 12-1 ਵਜੇ ਵੀਰ ਦੱਸ ਰਿਹਾ ਸੀ ਕਹਿੰਦਾ ਅੱਗ ਲੱਗੀ ਹੈ, ਅਤੇ ਬਾਕੀ ਵੀਰ ਨਾਲ ਵੀ ਗੱਲਬਾਤ ਕਰਦੇ ਜੀ ਤੁਹਾਨੂੰ ਦੱਸਦੇ ਹਾਂ। ਅਤੇ ਸਾਈਕਲ ਸੀ ਜਿਹੜਾ ਸਾਈਕਲ ਵੀ ਦੇਖ ਸਕਦੇ ਹੋ ਮੱਚ ਗਿਆ ਵੀ ਜੀ ਨਾਲ ਅੱਗ ਨੇ ਲਪੇਟ 'ਚ। ਇੱਧਰ ਮਸ਼ੀਨ ਸੀ ਜਿਹੜੀ ਕਣਕ ਬੀਜਣ ਵਾਲੀ ਜਿਹੜੀ ਡਰਿੱਲ ਉਹ ਵੀ ਅੱਗ ਦੀਆਂ ਲਾਟਾਂ ਨੇ। ਬਾਕੀ ਸਾਨੂੰ ਵੀਰੇ ਆਇਓ ਮਾੜਾ ਜਿਹਾ ਆਈ ਬਾਈ ਬਾਈ ਕੀ ਗੱਲ ਹੋਈ ਸਾਰੀ ਇਹ? ਠੀਕ ਹੈ, 1:30 ਵਜੇ ਰਾਤ ਨੂੰ ਸਾਨੂੰ ਪਤਾ ਲੱਗ ਗਿਆ ਬਈ 15 ਮਿੰਟ। ਠੀਕ ਹੈ, ਮਾੜੀ ਮੋਟੀ ਅੱਗ ਲੱਗੀ ਜਾਵੇ। ਅੱਛਾ ਜੀ, ਠੀਕ ਹੈ, ਪਤਾ ਲੱਗਿਆ ਠੀਕ ਹੈ। ਸਾਰੇ ਸੰਦ ਸਾਵੇਂ ਖੜ ਜਾਣਗੇ ਗੱਡੀ ਨੂੰ ਪੈ ਗਈ ਟੈਂਕੀਆਂ ਨੂੰ ਪੈ ਗਈ। ਅੱਛਾ, ਗੱਡੀ ਦੇ ਪਰਲੇ ਪਾਸੇ ਪਿਆ ਸੀ ਥੋੜਾ ਤੇਲ, ਠੀਕ ਹੈ, ਫਿਰ ਉਹ ਮੱਚ ਗਿਆ ਬਈ, ਫਿਰ ਨਾ ਬਈ ਥੱਲੇ ਦੀ ਹੋਈ ਅੱਗ, ਠੀਕ ਹੈ, ਮੋਟਰਸਾਈਕਲ ਮੱਚ ਗਿਆ ਨਾ। ਸਾਰੇ ਸੰਦ ਜਿਹੜੇ ਮਤਲਬ ਕਿ ਸਾਰੇ ਸਾਧਨ ਸੀਗੇ ਵਾਸ਼ਿੰਗ ਮਸ਼ੀਨ ਤੱਕ ਵੀ ਸਾਈਕਲ ਸੀ ਬਈ, ਜਨਰੇਟਰ ਸੀਗਾ, ਜਨਰੇਟਰ ਸੀ ਇੱਕ ਆਪਣੀ, ਜ਼ੀਰੋ ਡਰਿੱਲ ਪਈ ਸੀ ਕੋਲੇ, ਸਾਰੇ ਇਹਨੇ ਖੇਤੀਬਾੜੀ ਸੰਦ ਚਾਹੀਦੀ ਸੀ ਯਾਰ, ਸਾਰੇ ਸੰਦ ਸੀ ਬਈ, ਸਾਰਾ ਕੁਝ ਮੱਚ ਗਿਆ ਯਾਰ। ਇਹਦਾ ਬਈ ਕਾਰਨ ਠੋਸ ਕਾਰਨ ਪਤਾ ਲੱਗਿਆ ਜਾਂ ਟਰੈਕਟਰ ਕਰਕੇ ਮੱਚ ਗਿਆ? ਟਰੈਕਟਰ ਦਾ ਕੁਝ ਉਹ ਦੇਖੋ ਬਈ ਕੰਧ 'ਚ ਵੱਜਿਆ ਉਹ ਸਾਹਮਣੇ ਨਾ ਦੋਨੇ ਸਾਈਕਲ ਹੈ ਨਾ, ਦੋਨੇ ਸਾਈਕਲ ਮੱਚ ਕੇ ਜਮਾ ਜੀ ਗੱਡੀ। ਕੱਲ ਤੱਕ ਜਿਹੜੇ ਸੰਦ ਚਾਲੂ ਹਾਲਤ ਸੀ ਅੱਜ ਇੱਕ ਵੀ ਨਹੀਂ ਰਿਹਾ ਉਹਨਾਂ ਚੋਂ ਚੱਲਣ ਵਾਲਾ, ਸਾਰਾ ਭਰਾ ਉੱਥੋਂ ਗੇਟ 'ਚ ਆਉਂਦੇ ਨੇ ਉਹ ਹੋ ਜਾਂਦਾ ਜਮਾ ਮਾਣਾ ਆਪਣਾ ਹੋ ਜਾਂਦਾ ਜਮਾ ਹੀ ਕਮਾਊ ਦਾ ਸਾਧਨ ਹੁੰਦਾ ਗਾ। ਅਸੀਂ ਬਈ ਆਉਂਦੇ ਹੋਏ ਸੁਣ ਜੇ ਹੋ ਗਏ ਹਨਾ, ਤੇ ਕੋਈ ਪ੍ਰਸ਼ਾਸਨ ਵੱਲੋਂ ਮੰਗ ਕੋਈ ਕਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਹੋਈ ਹੈ ਜੀ? ਬਾਈ ਪ੍ਰਸ਼ਾਸਨ ਵਾਲੇ ਆਏ ਸੀਗੇ, ਠੀਕ ਹੈ, ਉਹ ਵੀਡੀਓ ਵੀ ਬਣਾ ਕੇ ਲਗਾਏ ਯਾਰ, ਆਏ ਸੀਗੇ ਉਹਦੇ, ਠੀਕ ਹੈ, ਫੋਨ ਕਰਨ ਤੇ ਉੱਥੇ ਫਾਇਰ ਬ੍ਰਿਗੇਡ ਵਾਲੇ ਵੀ ਆਏ ਸੀ ਉਹਨਾਂ ਨੇ। ਫਾਇਰ ਬ੍ਰਿਗੇਡ ਉਹਦੀ ਪਹੁੰਚ ਗਈ ਸੀ ਨਾ ਜੀ? ਬਈ ਉਦੋਂ ਗੱਡੀਆਂ ਜਮਾ ਮੱਚ ਗਈਆਂ ਸੀ, ਗੱਡੀ ਟਰੈਕਟਰ ਸਾਰੇ ਸੰਦ ਮੱਚ, ਮਤਲਬ ਇੱਕ ਘੰਟਾ ਡੇਢ ਘੰਟਾ ਘੰਟੇ ਬਾਅਦ ਚ ਆਈ ਆ, ਘੰਟਾ ਲੱਗ ਗਿਆ ਹੋਣਾ, ਉਹ ਤਾਂ ਸੋਚਦੀ ਵੀ ਨਹੀਂ ਗੱਲ ਆਪਾਂ ਨੂੰ ਹਨਾ, ਪਹਿਲਾਂ ਤਾਂ ਬਾਈ ਗੱਲ ਨਹੀਂ ਸੁਣੀ, ਕਾਫੀ ਕੰਟਰੋਲ ਕਰ ਲਿਆ ਸੀ, ਬਜਾਈ ਯਾਰ ਮਦਦ ਕੀਤੀ ਹੈ ਤਾਂ ਨਹੀਂ ਹੈਗਾ ਵੀ ਨਹੀਂ ਮਦਦ ਕੀਤੀ, ਠੀਕ ਹੈ, ਰੋਕੀ ਅੱਗ ਉਹਨਾਂ ਨੇ, ਠੀਕ ਹੈ, ਹੱਥੋਂ ਕੰਟਰੋਲ ਹੋ ਗਈ ਸੀ ਪਰ ਅੰਦਰ ਨਹੀਂ ਸਾਥੋਂ ਵੜਿਆ ਜਾਂਦਾ ਸੀ, ਆਪਦੀ ਬੰਦ ਅੱਗ ਉਹਨਾਂ ਨੇ ਕੀਤੀ, ਠੀਕ ਹੈ। ਦੇਖੋ ਦੋਸਤੋ ਟਰਾਲੀ ਵਗੈਰਾ ਵੀ ਹੈ ਨਾ ਜਮਾਂ ਟਾਇਰ ਸਭ ਕੁਛ ਸਾਰਾ ਸੰਦ ਸਦੇੜਾ, ਇਹੀ ਸਾਧਨ ਸੀ ਚਾਰ ਕਮਾਈ ਦੇ, ਇਹੀ ਜੱਟ ਦਾ ਧੀ ਹੈ ਜੀ, ਇਹੀ ਪੋਤਾ, ਇਹੀ ਮਾਂ, ਇਹੀ ਭੈਣ, ਸਾਰਾ ਕੁਛ ਇਹੀ ਹੁੰਦਾ ਜੱਟ ਦਾ। ਗੱਡੀ ਭਈ ਅਜੇ 2 ਮਹੀਨੇ ਹੋਏ ਸੀ, ਗੱਡੀ ਲਈ 2 ਮਹੀਨੇ ਹੋਏ ਜੀ।
ਕੁਛ ਵੀ ਨਹੀਂ ਬਚਿਆ ਨਾ ਜਿਵੇਂ ਰੇਟ ਵਗੈਰਾ ਸਾਰਾ ਖਤਮ ਆ ਕਹਾਣੀ ਇਹ ਟਰੈਕਟਰ ਕਿਹੜਾ ਮਾਡਲ ਸੀ ਆਪਣਾ ਅੱਛਾ ਉਹ ਵੀ ਨੀ ਲੱਗਣ ਦਾ ਬੰਦਾ ਆਪਦੇ ਸੰਦ ਨੂੰ ਜਮਾ ਬਈ ਸਾਰਾ ਕੁਛ ਨਾਲ ਦਾ ਸੀ ਟਾਇਰ ਵੀ ਨੀ ਬਦਲਿਆ ਕੁਛ ਜਮਾ ਨਵੇਂ ਟਾਇਰ ਵਗੈਰਾ ਇਕੱਲਾ ਬਾਹਣ ਚਲੇ ਜਾਣਾ ਉੱਥੇ ਲੈ ਕੇ ਘਰੇ ਅੰਦਰ ਲਾ ਦੇ ਪਹਿਲਾਂ ਉੱਧਰ ਖੜਦਾ ਹੁੰਦਾ ਸੀ ਹੁਣ ਉਹ ਉੱਚਾ ਕਰਤਾ ਸੀ ਹੁਣ ਇੱਧਰ ਲੈ ਕੇ ਲਾਉਣ ਲੱਗੇ ਗੱਡੀ ਬਈ ਕਿਹੜਾ ਮਾਡਲ ਸੀ ਬਈ 14 ਮਾਡਲ ਸੀ ਠੀਕ ਯਾਰ ਜਗਨਾਈਟਰ ਵੀ ਨਹੀਂ ਜਮਾਂ ਸਾਰਾ ਸੰਦੀ ਇਹ ਵੀ 200 ਘੰਟੇ ਜਨਰੇਟਰ ਚੱਲਿਆ ਸੀ ਜੋ ਚਲਾਏ ਉਹਦੇ ਬਾਅਦ ਲਾਈਟ ਪੂਰੀ ਹੋਣ ਲੱਗ ਗਈ ਆ ਇਕੱਲੇ ਜੀਰੀਆਂ ਵੇਲੇ ਲਾਇਆ ਬਹੁਤ ਜੀਰੀ ਵੇਲੇ ਲੋਡ ਪੈਂਦੀ ਜਨਰੇਟਰ ਦੀ ਆਪਾਂ ਨੂੰ ਕਿਉਂ ਤਾਂ ਲਾਈਟ ਘੱਟ ਆਉਣੀ ਹੁੰਦੀ ਆ ਜਨਰੇਟਰ ਦੀ ਹਾਲਤ ਦੇਖੋ ਤੇ ਵੀਰੇ ਕੋਈ ਨਵੀਂ ਸਰਕਾਰ ਤੋਂ ਕੋਈ ਆਸ ਹੈਗੀ ਆ ਵੀ ਮੁਆਵਜ਼ਾ ਮਿਲ ਜੂਗਾ ਕਿਸਾਨ ਨੂੰ ਹੈਂ ਠੀਕ ਹੈ ਤੁਹਾਡੇ ਇੱਥੇ ਐਮਐਲਏ ਹੁਣ ਕੌਣ ਹੈਗਾ ਸੁਖਵੀਰ ਸੁਖਵੀਰ ਮੈਸਰ ਖਾਨਾ ਉਹ ਆਏ ਆ ਅਜੇ ਅਜੇ ਪ੍ਰੈਜ਼ੀਡੈਂਟ ਤਾਂ ਨਹੀਂ ਆਏ ਠੀਕ ਹੈ ਉਹ ਕਹਿੰਦੇ ਸੀ ਵੀ ਉਹ ਚੰਡੀਗੜ੍ਹ ਅੱਛਾ ਅੱਜ ਕੋਈ ਇਜਲਾਸ ਹੈ ਇਹਨਾਂ ਦਾ ਠੀਕ ਹੈ ਵੀ ਉਸ ਤੋਂ ਬਾਅਦ ਕਿਸੇ ਸੀ ਆਉਣਗੇ ਠੀਕ ਹੈ ਕੋਈ ਮਾਰਾ ਪਿੰਡ ਦੇ ਆ ਜੂਨੀਅਰਾਂ ਵੱਲੋਂ ਸਾਥ ਆ ਪੂਰਾ ਭਾਈ ਜੂਨੀਅਰ ਦਾ ਸਾਥ ਠੀਕ ਹੈ ਜੂਨੀਅਰ ਨਾਲ ਖੜੀਆਂ ਨੇ ਅਜੇ ਤੱਕ ਠੀਕ ਹੈ ਸਾਰਾ ਪਿੰਡ ਹੀ ਨਾਲ ਜੂਨੀਅਰ ਦੇ ਬੰਦੇ ਵੀ ਖੜੇ ਨੇ ਅਸੀਂ ਨਹੀਂ ਨਾਲ ਠੀਕ ਹੈ ਜੂਨੀਅਰ ਨਾਲ ਦੋਨੇ ਨਾਲ ਅਸੀਂ ਦੋਨੇ ਨਾਲ ਨੇ ਠੀਕ ਹੈ ਜੂਨੀਅਰ ਨਾਲ ਪਿੰਡ ਜੀ ਠੀਕ ਹੈ ਜੀ ਤੇ ਸਿੱਧੂਪੁਰ ਠੀਕ ਹੈ ਜੀ ਅਸੀਂ ਲਹਿਰੇ ਮੱਬ ਤੋਂ ਆਏ ਸੀ ਵੀ ਸਿੱਧੂਪੁਰ ਚ ਜੂਨੀਅਰ ਦੇ ਵਰਕਰ ਠੀਕ ਹੈ ਜੀ ਤੁਸੀਂ ਲਹਿਰੇ ਮੱਬ ਤੋਂ ਆਏ ਜੀ ਹਾਂ ਲਹਿਰੇ ਮੱਬ ਤੋਂ ਠੀਕ ਹੈ ਵਰਕਰ ਗਏ ਵੇ ਤਹਿਸੀਲਦਾਰ ਸਾਹਿਬ ਨੂੰ ਮਿਲਣ ਜੀ ਠੀਕ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਜੀ ਅਸੀਂ ਵੀ ਜਿਹੋ ਇਹ ਆਪਣੇ ਸੰਦ ਹੁੰਦੇ ਆ ਪੈਲੀ ਆਪਾਂ ਕਰ ਲਗੇ ਪੈਲੀ ਦਾ ਫੰਗ ਹੁੰਦਾ ਜਿਮੀਦਾਰ ਦੇ ਸਿਰ ਤੇ ਉੜਦਾ ਹੁੰਦਾ ਜੀ ਸਹੀ ਗੱਲ ਆ ਇਹ ਪੈਲੀ ਤੋਂ ਪਹਿਲਾਂ ਬੰਦੇ ਦੇ ਅੰਗ ਹੁੰਦੇ ਆ ਕਿਸਾਨ ਦੇ ਜੀ ਸਹੀ ਹੈ ਇਹ ਅੰਗ ਹੋਣਗੇ ਫੇਰ ਪੈਲੀ ਹੋਊਗੀ ਨਹੀਂ ਪੈਲੀ ਨਹੀਂ ਹੁੰਦੀ ਇਹ ਸਾਰੇ ਅੰਗ ਅੱਜ ਕਿਸਾਨ ਦੇ ਕੱਟੇ ਜਾ ਚੁੱਕੇ ਆ ਹੁਣ ਕੋਈ ਇਸ ਤੋਂ ਬਾਅਦ ਕੋਈ ਸਾਧਨ ਨਹੀਂ ਨਾ ਦਾਣੇ ਢੋਣ ਦਾ ਨਾ ਮੂਰੇ ਪੈਲੀ ਬੀਜਣ ਦਾ ਮੂਰੇ ਆਏ ਜੀ ਕਣਕ ਵੱਢਣੀ ਜੀ ਹਾਂ ਕੋਈ ਅੰਗ ਕੱਟੇ ਜਾ ਚੁੱਕੇ ਆ ਕੋਈ ਸਾਧਨ ਨਹੀਂ ਇਹਨਾਂ ਕੋਲੇ ਸਰਕਾਰ ਨੂੰ ਮੌਕੇ ਦੀ ਸਰਕਾਰ ਨੂੰ ਬੇਨਤੀ ਹੈ ਸਾਡੀ ਇਸ ਪਰਿਵਾਰ ਨੇ ਝਾਕਣਾ ਚਾਹੀਦਾ ਵੀ ਇਹ ਸੰਦ ਇਹਨਾਂ ਦੇ ਸਾਰਿਆਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਬਹੁਤ ਬਹੁਤ ਜੀ ਧੰਨਵਾਦ ਹਾਂਜੀ ਦੋਸਤੋ ਪੀੜਤ ਪਰਿਵਾਰ ਮੰਗ ਕਰ ਰਿਹਾ ਮੁਆਵਜ਼ੇ ਦੀ ਸਰਕਾਰ ਤੋਂ ਸੋ ਸਾਡੀ ਵੀ ਇਹੀ ਬੇਨਤੀ ਹੈ ਵੀ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਸਾਰੇ ਜਿੰਨੇ ਸੰਦ ਸੀ ਆਵਾਜਾਈ ਵਾਲੇ ਸਾਧਨ ਕੀ ਆ ਤੁਸੀਂ ਦੇਖ ਰਹੇ ਹੋ ਜੱਟ ਦਾ ਗੱਡਾ ਨਾ ਦਿੱਤਾ ਗਿਆ ਸੋ ਇਹਦੇ ਬਿਨਾਂ ਜੱਟ ਕਿਸੇ ਕੰਮ ਦਾ ਨਹੀਂ ਹੈਗਾ ਹੈ ਨਾ ਮਸਾਂ ਇੰਨੇ ਸਾਲਾਂ 'ਚ ਜ਼ਿੰਦਗੀ ਨਿਭਾਉਣ ਦਾ ਬੰਦਾ ਸੰਦ ਮਸਾਂ ਜੁੜ ਗਿਆ ਅਤੇ ਇੱਕ ਮਿੰਟ ਦੇ ਵਿੱਚ ਸਭ ਖਤਮ ਹੋ ਗਿਆ ਆਹ ਬਾਈ ਕਹਿੰਦਾ ਬਾਈ ਸੈੱਡ ਵੀ ਜਿਹੜਾ ਜਮਾਂ ਉਹ ਕਰਤਾ ਮੌਜੂਦ ਆ ਇਹਨਾਂ ਦਾ ਦਸੇ ਬੰਦੀਆਂ ਵੀ ਪਹੁੰਚੀਆਂ ਕਿਸਾਨ ਦਸੇ ਬੰਦੀਆਂ ਬਈ ਨਾਮ ਕੀ ਆਪਣਾ ਸਤਵਿੰਦਰ ਸਿੰਘ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਇੱਕ ਵਾਰੀ ਬਈ ਆਪਣਾ ਨੰਬਰ ਕੰਟੈਕਟ ਨੰਬਰ ਬੋਲ ਦਿਓ 97796 83 873 ਠੀਕ ਹੈ ਬਾਈ ਜੀ ਹਾਂਜੀ ਦੋਸਤੋ ਜੇ ਕੋਈ ਇੱਥੇ ਮੌਕਾ ਦੇਖਣਾ ਆਉਣਾ ਚਾਹੁੰਦਾ ਤਾਂ ਬਾਈਆਂ ਨੇ ਕੰਟੈਕਟ ਕਰ ਲਓ ਹੁਣ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਤੇ ਕੋਈ ਵਾਧੂ ਦਾ ਵੀ ਕੰਟੈਕਟ ਨਾ ਕਰੋ ਕੋਈ ਹੈ ਨਾ ਵੀ ਜਿਹੜਾ ਹੋ ਨਹੀਂ ਕਰ ਸਕਦਾ ਪਹਿਲੀ ਦੁਖੀ ਆ ਪਰਿਵਾਰ ਸਾਰਾ ਤੇ ਸਾਰੇ ਸੰਦ ਸੀ ਜਿਹੜੇ ਤੇ ਜਿਹੜਾ ਕੋਈ ਮਦਦ ਕਰ ਸਕਦਾ ਗਾ ਵੱਧ ਤੋਂ ਵੱਧ ਮਦਦ ਹੋਵੇ ਵੀਰਾਂ ਦੀ